ਅੰਬਾਲਾ ਹਰਿਆਣਾ ਦੀ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਜਿਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਇੱਕ ਘਰ ਵਿੱਚ ਮਿਲੀਆਂ ਦੋ ਬੱਚੀ ਦੀਆਂ ਲਾਸ਼ਾਂ ਜਿਨ੍ਹਾਂ ਵਿੱਚ ਮਹਿਜ ਇੱਕ ਦੀ ਉਮਰ 7 ਤੇ ਦੂਜੀ ਦੀ 11 ਸਾਲ ਦੀ ਸੀ, ਜਿਸ ਕਰਕੇ ਇਲਾਕੇ ਵਿੱਚ ਸੋਗ ਦਾ ਮਾਹੌਲ ਛਾ ਗਿਆ। ਹਰ ਇੱਕ ਦੀ ਜ਼ੁਬਾਨ ਤੇ ਇੱਕ ਹੀ ਗੱਲ ਸੀ ਕਿ ਇਹ ਮੌਤਾਂ ਕਿਵੇਂ ਹੋਈਆਂ। ਜਦੋਂ ਕਾਰਵਾਈ ਕੀਤੀ ਤਾਂ ਪੁਲਿਸ ਵੱਲੋਂ ਪਤਾ ਲੱਗਾ ਕਿ ਇਹ ਕਰਤੂਤ ਉਸ ਪਾਪੀ ਮਾਂ ਦੀ ਹੈ ਜਿਸ ਨੇ ਇਹਨਾਂ ਨੂੰ ਜਨਮ ਦਿੱਤਾ। ਉਸ ਵੱਲੋਂ ਕਿਉਂ ਤੇ ਕਿਵੇਂ ਮਾਰਿਆ ਗਿਆ ਇਸ ਬਾਰੇ ਅਜੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਦੋ ਬੱਚੀਆਂ, ਇੱਕ 7 ਸਾਲ ਕੀ ਔਰ ਇੱਕ 11 ਸਾਲ ਕੀ, ਮ੍ਰਿਤ ਅਵਸਥਾ ਮੇਂ ਆਪਣੇ ਘਰ ਮੇਂ ਹਮੇਂ ਮਿਲੀ ਥੀ। ਜੋ ਮੁੱਖ ਆਰੋਪੀ ਹੈ ਹਮਾਰੀ ਉਨਕੀ ਮਾਤਾ ਹੈ, ਉਨਕੀ ਮਦਰ ਹੈ ਬੱਚਿਓਂ ਕੀ। ਜੀ ਅਭੀ ਕਿਆ ਮੋਟਿਵ ਥਾ, ਕਿਆ ਕਾਰਨ ਥਾ, ਇੱਕ ਪ੍ਰੀ ਪਲਾਨ ਥਾ, ਏਕਦਮ ਸਤਿਆ ਕੀ ਗਈ, ਇਸਕੀ ਅਭੀ ਰਿਮਾਂਡ ਮੇਂ ਹਮ ਕਲੈਰਿਟੀ ਲੇਂਗੇ ਮਦਰ ਕੀ ਇੰਟਰੋਗੇਸ਼ਨ ਕਰਕੇ।